ਵਿਸ਼ਵਾਸ ਪ੍ਰਗਟ ਕੀਤਾ ਗਾ ਅਤੇ ਮੈਨੂੰ ਚੁਣਿਆ ਗਿਆ। ਮੈਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ। ਪਰ ਪੰਜਾਬ ਦੇ ਜਿੰਨੇ ਵੀ ਮਸਲੇ, ਚਾਹੇ ਉਹ ਪੰਜਾਬ ਦੇ ਕਿਸਾਨਾਂ ਦਾ ਮਸਲਾ, ਚਾਹੇ ਪੰਜਾਬ ਦੀ ਬੇਰੁਜ਼ਗਾਰਾਂ ਦਾ ਮਸਲਾ, ਪੰਜਾਬ ਦੇ ਦਲਿਤਾਂ ਦਾ ਮਸਲਾ, ਸਾਰੇ ਅਸੈਂਬਲੀ 'ਚ ਉਠਾਵਾਂ। ਬਾਹਰ ਵੀ ਇਹ ਪ੍ਰਦਰਸ਼ਨ ਕਰਾਂਗੇ ਤਾਂ ਕਿ ਜਿਹੜੀ ਕਾਂਗਰਸ ਪਾਰਟੀ ਸਰਕਾਰ ਆ ਉਹਨੂੰ ਦੱਸਿਆ ਜਾਵੇ ਵੀ ਕਿਵੇਂ ਧੋਖੇ ਨਾਲ ਸਰਕਾਰ ਪੰਜਾਬ 'ਚ ਆਈ। ਜਿਹੜਾ ਬਾਗੀ ਧੜਾ ਤੁਸੀਂ ਕਹਿੰਦੇ ਹੋ, ਬਾਗੀ ਧੜਾ ਸਾਡੇ ਉਹ ਭਰਾ ਨੇਗੇ, ਵੱਡੇ ਭਰਾ ਨੇ, ਇਹਨਾਂ ਨੂੰ ਬਣਾ ਕੇ ਇਹਨੂੰ ਬਿਠਾ ਕੇ ਮਸਲਾ ਹੱਲ ਕਰ ਲੈਣਾ। ਗੱਲਬਾਤ ਰਾਹੀਂ ਹੋਊਗਾ ਜੀ, ਗੱਲਬਾਤ ਕਰਾਂਗੇ, ਉਹਨਾਂ ਗੱਲਬਾਤ ਕਰਕੇ ਹਰ ਮਸਲੇ ਦਾ ਹੱਲ ਕਰ ਲਵਾਂਗੇ। ਟਵੀਟ ਰਾਹੀਂ ਨਹੀਂ, ਪੂਰੀ ਪ੍ਰਕਿਰਿਆ ਹੋਈ ਸੀਗੀ, ਸਾਰੇ MLA ਨੂੰ ਬੁਲਾਇਆ ਗਿਆ ਸੀ, ਬਕਾਇਦਾ ਮੀਟਿੰਗ ਹੋਈ ਸੀ, ਮੀਟਿੰਗ ਹੋ ਕੇ ਸਭ ਦੇ ਦਸਖਤ ਹੋ ਕੇ ਫਿਰ ਇਹ ਜਾਰੀ ਹੋਇਆ ਸੀਗਾ। ਟਵੀਟ ਰਾਹੀਂ ਤਾਂ ਸਿਰਫ ਇੱਕ ਸੂਚਨਾ ਦਿੱਤੀ ਗਈ ਸੀ, ਅੱਜ ਕੱਲ੍ਹ ਟ੍ਰੈਂਡ ਜਿਹੜਾ ਨਵਾਂ ਟ੍ਰੈਂਡ ਆ, ਟਵੀਟ ਰਾਹੀਂ ਦਿੱਤੀ ਜਾਂਦੀ ਸੂਚਨਾ। ਨਹੀਂ, ਪੰਜਾਬ ਤੋਂ ਹੁੰਦੀ ਆਪਰੇਟ ਪਾਰਟੀ, ਪੰਜਾਬ ਦੇ ਫੈਸਲੇ ਪੰਜਾਬ ਦੇ ਲੋਕ ਲੈਂਦੇ ਨੇ, ਸਾਰੇ ਪੰਜਾਬ ਦੇ ਲੋਕ ਖੜ੍ਹੇ ਨੇਗੇ, ਪੰਜਾਬ ਦੇ ਫੈਸਲੇ ਪੰਜਾਬ ਦੇ ਲੋਕ ਹੀ ਲੈਂਦੇ ਨੇਗੇ। ਦੇਖੋ ਇਹ ਜਿਹੜੀ ਸੀ ਵੱਡੀ ਪੱਧਰ ਦੀ ਗੱਲ ਕਰਦੇ, ਵੱਖ ਵੱਖ ਪਾਰਟੀਆਂ ਉੱਥੇ ਬੰਦੇ ਭੇਜੇ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਤੋੜਿਆ ਜਾ ਸਕੇ। ਇਹਦੇ ਪਿੱਛੇ RSS ਅਤੇ BJP ਕੰਮ ਕਰ ਰਹੀਆਂ ਨੇ ਜੀ। ਪਾਰਟੀ ਇੱਕ ਨੰਬਰ ਦਾ ਪੰਜਾਬ 'ਚ, ਦੇਖੋ ਤੁਸੀਂ ਕਿੱਡੇ ਕਿੱਡੇ ਵੱਡੇ ਵੱਡੇ ਕਾਫਲਿਆਂ ਨੇ ਮੇਰਾ ਸਵਾਗਤ ਕੀਤਾ ਗਾ। ਇੱਥੋਂ ਸੰਕੇਤ ਨੇ ਕਿ 2019 ਦੇ ਵਿੱਚ ਆਮ ਆਦਮੀ ਪਾਰਟੀ ਮੇਨ ਪਾਰਟੀ, ਪੰਜਾਬ ਦੀ ਮੁੱਖ ਪਾਰਟੀ ਦੇ ਉੱਪਰ ਕੇ ਸਾਹਮਣੇ ਆਊਗੀ। ਨਹੀਂ, ਉਹਨੇ ਇਹ ਨਹੀਂ ਲਿਖਿਆ, ਤੁਸੀਂ ਕਵਿਤਾ ਨੂੰ ਦੁਬਾਰੇ ਪੜ੍ਹੋ ਉਹਨੂੰ ਕਵਿਤਾ ਨੂੰ, ਫਿਰ ਤੁਹਾਨੂੰ ਸਮਝ ਆਊਗੀ ਉਹਦੇ ਲਿਖਿਆ ਕੀ ਹੈ। ਉਹਨੇ ਆਪਦਾ ਦਰਦ ਸਮਝਿਆ ਵੀ ਪੰਜਾਬ ਦੇ ਲੋਕਾਂ ਦਾ ਦਰਦ, ਉਹਨੇ ਉਸ ਕਵਿਤਾ 'ਚ ਲਿਖਿਆ ਗਿਆ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਨੇਗੇ। ਫੇਸਬੁੱਕ 'ਤੇ ਅੱਜ ਕੱਲ੍ਹ ਨਵਾਂ ਇੱਕ ਟ੍ਰੈਂਡ ਚੱਲਿਆ ਗਿਆ, ਫੇਸਬੁੱਕ 'ਤੇ ਕੀ ਹੋ ਰਿਹਾ ਹੈਗਾ, ਜਾਲੀ ਆਈਡੀਆਂ ਬਣਾ ਕੇ ਲੋਕ ਜਾਲੀ ਢੰਗ ਨਾਲ, ਜੇ ਕਿਸੇ ਦੀ ਬਦਨਾਮੀ ਕਰਨੀ ਉਹ ਤਾਂ ਜਾਲੀ ਢੰਗ ਨਾਲ ਆਈਡੀਆ ਬਣਾ ਕੇ ਅਟੈਕ ਕਰਦੇ ਨੇ, ਪਰ ਜਿਹੜੇ ਓਰਿਜਨਲ ਲੋਕ ਨੇ, ਜਿਹੜੇ ਅਸਲੀ ਆਈਡੀਆ ਨੇ, ਉਹਨਾਂ ਤੋਂ ਕੋਈ ਜਿਹੜਾ ਹੈਗਾ ਇਸ ਤਰ੍ਹਾਂ ਦਾ ਹਮਲਾ ਨਹੀਂ ਹੋਇਆ ਹੈਗਾ। ਤੀਜਾ ਬਦਲ ਪੰਜਾਬ ਦੇ ਲੋਕਾਂ ਨੇ ਮੰਨ ਲਿਆ, ਉਹ ਆਮ ਆਦਮੀ ਪਾਰਟੀ ਨੇ ਮੰਨ ਲਿਆ।